ਪੰਜਾਬ 'ਚ ਮੁਫਤ ਬਿਜਲੀ ਦੀ ਯੋਜਨਾ। ਪੰਜਾਬ 'ਚ ਘਰਾਂ ਨੂੰ 300 ਯੂਨਿਟ ਹਰ ਮਹੀਨੇ ਮਾਫ। ਪੰਜਾਬ ਦੇ ਮੁਖੀ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਇਸ਼ਤਿਹਾਰਾਂ ਰਾਹੀਂ, ਆਪਣੀਆਂ ਪ੍ਰਚਾਰ ਰਾਹੀਂ, ਆਪਣੇ ਬੜੇ ਬੜੇ ਬੋਰਡਾਂ ਰਾਹੀਂ ਇਹ ਕਹਿੰਦੇ ਨੇ ਕਿ ਪੰਜਾਬ 'ਚ 90% ਲੋਕਾਂ ਨੂੰ ਬਿੱਲ ਜ਼ੀਰੋ ਆਉਂਦਾ। ਔਰ ਕਾਫੀ ਹੱਦ ਤੱਕ ਲੋਕ ਇਸ ਗੱਲ ਤੋਂ, ਇਸ ਗੱਲੋਂ ਖੁਸ਼ ਨੇ ਕਿ ਲੈ ਵੀ ਸਾਡਾ ਬਿਜਲੀ ਦਾ ਬਿੱਲ ਨਹੀਂ ਆਉਂਦਾ। ਅਤੇ ਇੱਕ ਪਾਸੇ ਆਰਥਿਕ ਮਾਹਰ ਇਸ ਮਸਲੇ 'ਤੇ ਮੰਥਨ ਵੀ ਕਰਦੇ ਰਹਿੰਦੇ ਨੇ ਕਿ ਜੀ ਪੰਜਾਬ ਦੇ ਸਿਰ 'ਤੇ ਬੋਝ ਵੱਧ ਰਿਹਾ, ਪੰਜਾਬ ਦੇ ਸਿਰ 'ਤੇ ਭਾਰ ਵੱਧ ਰਿਹਾ। ਕੀ ਇਹ ਭਾਰ ਹੋਰ ਵਧੇਗਾ? ਕੀ ਇਸ ਦੇ ਵਿੱਚ ਕੁਝ ਨਵੇਂ ਪਰਿਵਾਰ ਸ਼ਾਮਿਲ ਹੋ ਜਾਣਗੇ? ਕੀ ਇਹ ਪਰਿਵਾਰਾਂ ਦੀ ਗਿਣਤੀ ਲੱਖਾਂ 'ਚ ਹੋ ਸਕਦੀ ਹੈ? ਅੱਜ ਦੀ ਤਰੀਕ 'ਚ ਹਰ ਰੋਜ਼ 20 ਕਰੋੜ ਸਬਸਿਡੀ ਵਾਲੀ ਬਿਜਲੀ, ਘਰੇਲੂ ਬਿਜਲੀ ਜਿਹੜੀ ਸਬਸਿਡੀ ਵਾਲੀ ਆ, ਉਹਦੀ ਲਾਗਤ ਇੰਨੀ ਸਰਕਾਰ ਨੂੰ ਅਦਾ ਕਰਨੀ ਪੈਂਦੀ। ਉਹ ਫਿਰ ਆਪਾਂ ਤੋਂ ਹੀ ਵਸੂਲਣਾ 20 ਕਰੋੜ ਰੋਜ਼ ਦਾ। ਹੁਣ ਇਹਦੇ ਵਿੱਚ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਫੌਜੀ ਛਾਉਣੀਆਂ, ਉਹਨਾਂ ਦੇ ਉੱਤੇ ਉੱਥੇ ਬਣੇ ਹੋਏ ਫੌਜੀ ਕੁਆਟਰ, ਉਹਨਾਂ ਕੁਆਟਰਾਂ 'ਚ ਰਹਿੰਦੇ ਫੌਜੀ ਅਧਿਕਾਰੀਆਂ ਤੋਂ ਲੈ ਕੇ ਫੌਜੀ ਜਵਾਨਾਂ ਤੱਕ, ਉਹਨਾਂ ਦੇ ਪਰਿਵਾਰ, ਉਹਨਾਂ ਵੱਲੋਂ ਵੀ ਇਹ ਮੰਗ ਉੱਠੀ ਹੈ ਕਿ ਸਾਨੂੰ ਵੀ ਇਹ 300 ਯੂਨਿਟ ਵਾਲੀ ਬਿਜਲੀ ਸਬਸਿਡੀ ਵਾਲੀ ਯੋਜਨਾ 'ਚ ਸ਼ਾਮਿਲ ਕੀਤਾ ਜਾਵੇ, ਅਸੀਂ ਵੀ ਪੰਜਾਬ 'ਚ ਰਹਿੰਦੇ ਹਾਂ। ਔਰ ਹਵਾਲਾ ਉਹਨਾਂ ਨੇ ਦਿੱਲੀ ਵਾਲੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਦਾ ਦਿੱਤਾ। ਉਹ ਕਹਿੰਦੇ ਜੀ ਤੁਹਾਡੀ ਉਹ ਪਾਰਟੀ ਦੀ ਸਰਕਾਰ ਹੈ ਦਿੱਲੀ 'ਚ, ਅੱਜ ਕੱਲ੍ਹ ਆਤਸ਼ੀ ਹੈ ਪਰ ਹੈ ਤਾਂ ਕੇਜਰੀਵਾਲ ਹੈ। ਸੋ ਕਹਿੰਦੇ ਉੱਥੇ ਸਾਨੂੰ ਇਹ ਸਹੂਲਤ ਜਦੋਂ ਮਿਲਦੀ ਹੈ ਫੌਜੀ ਛਾਉਣੀਆਂ ਦੇ ਵਿੱਚ, ਜਿੰਨੇ ਫੌਜੀ ਕੁਆਟਰ ਨੇ ਉਹਨਾਂ 'ਚ ਜਿਹੜੇ ਫੌਜੀ ਜਵਾਨ ਜਾਂ ਅਧਿਕਾਰੀਆਂ ਦੇ ਜਿਹੜੇ ਪਰਿਵਾਰ ਰਹਿੰਦੇ ਨੇ, ਉਹਨਾਂ ਲਈ ਉੱਥੇ ਇਹ ਬਿਜਲੀ ਮੁਫਤ ਵਾਲੀ ਯੋਜਨਾ ਲਾਗੂ ਹੈ, ਅਤੇ ਪੰਜਾਬ 'ਚ ਲਾਗੂ ਕਿਉਂ ਨਹੀਂ? ਚਲੋ, ਇਸ ਨੂੰ ਚਰਨਜੀਤ ਭੁੱਲਰ ਉਹਨਾਂ ਨੇ ਰਿਪੋਰਟ ਕੀਤਾ। ਫੌਜ ਨੇ 300 ਯੂਨਿਟ ਹਰ ਮਹੀਨੇ ਮੁਫਤ ਬਿਜਲੀ ਲਈ ਸਰਕਾਰ ਤੱਕ ਪਹੁੰਚ ਕਰਕੇ ਕਿਹਾ ਕਿ ਜੀ ਸਾਨੂੰ ਵੀ 300 ਯੂਨਿਟ ਮੁਫਤ ਬਿਜਲੀ ਉਪਲਬਧ ਕਰਵਾਈ ਜਾਵੇ। ਦਿੱਲੀ ਸਰਕਾਰ ਵੱਲੋਂ ਕਹਿੰਦੇ ਛਾਉਣੀਆਂ ਦੇ ਵਿੱਚ ਇਹ ਸਹੂਲਤ ਮਿਲਦੀ ਹੈ, ਮਿਲਟਰੀ ਸਟੇਸ਼ਨਾਂ 'ਤੇ ਇਹ ਸਹੂਲਤ ਦਿੱਤੀ ਜਾ ਰਹੀ ਹੈ ਦਿੱਲੀ ਦੇ ਵਿੱਚ, ਅਤੇ ਇਸ ਲਈ ਸਾਨੂੰ ਪੰਜਾਬ 'ਚ ਵੀ ਬਿਜਲੀ ਸਬਸਿਡੀ ਦਾ ਹੱਕ ਦਿੱਤਾ ਜਾਵੇ। ਭਾਰਤੀ ਫੌਜ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਘਰੇਲੂ ਮੁਫਤ ਬਿਜਲੀ ਦੀ ਜਿਹੜੀ ਯੋਜਨਾ ਚਾਲੂ ਕੀਤੀ ਗਈ ਹੈ, ਉਹਦਾ ਲਾਹਾ ਫੌਜੀ ਪਰਿਵਾਰਾਂ ਨੂੰ ਵੀ ਮਿਲੇ। ਉਹ ਫੌਜੀ ਪਰਿਵਾਰ ਜਿਹੜੇ ਫੌਜੀ ਛਾਉਣੀਆਂ 'ਚ ਰਹਿੰਦੇ ਨੇ, ਇਹ ਉਹ ਨਹੀਂ ਜਿਹੜੇ ਆਪਣੇ ਪਿੰਡਾਂ 'ਚ ਆਪਣੇ ਪਰਿਵਾਰ, ਕਿਸਦਾ ਬੰਦਾ ਫੌਜ 'ਚ ਭਰਤੀ ਆ, ਉਹ ਪਰਿਵਾਰਾਂ ਨੂੰ ਤਾਂ ਮਿਲ ਰਹੀ ਹੈ। ਜਿਹੜੇ ਵੱਖ ਵੱਖ ਸੂਬਿਆਂ ਤੋਂ ਆ ਕੇ ਇੱਥੇ ਇਸ ਛਾਉਣੀ ਦੇ ਵਿੱਚ ਤੈਨਾਤ ਨੇ, ਉਹ ਫੌਜੀ ਜਿਹੜੇ ਕੁਆਟਰਾਂ 'ਚ, ਫੌਜੀ ਕੁਆਟਰਾਂ 'ਚ ਰਹਿ ਰਹੇ ਨੇ, ਕੋਈ ਕਿਸੇ ਸੂਬੇ ਦਾ, ਕੋਈ ਕਿਸੇ ਸੂਬੇ ਦਾ, ਉਹਨਾਂ ਦੀ ਇੱਥੇ ਵੋਟ ਵੀ ਨਹੀਂ ਹੈ। ਪਰ ਉਹ ਕਹਿੰਦੇ ਕਿ ਇਹ ਮਸਲਾ ਵੋਟ ਦਾ ਨਹੀਂ, ਮਸਲਾ ਤਾਂ ਪੰਜਾਬ 'ਚ ਰਹਿਣ ਦਾ, ਅਸੀਂ ਪੰਜਾਬ 'ਚ ਰਹਿ ਰਹੇ ਹਾਂ ਅਤੇ ਇਸ ਲਈ ਸਰਕਾਰ ਦੀ ਯੋਜਨਾ ਸਾਨੂੰ ਤਾਂ ਲਾਭ ਦਿਓ। ਹੁਣ ਇਹ ਪਹੁੰਚ ਕੀਤੀ ਗਈ ਹੈ ਅਤੇ ਉਹਨਾਂ ਨੇ ਦਿੱਲੀ ਸਰਕਾਰ ਦੇ ਤਰਜ਼ 'ਤੇ ਇਹ ਮੰਗ ਕੀਤੀ ਹੈ। ਉਹ ਕਹਿੰਦੇ ਦਿੱਲੀ ਦੇ ਵਿੱਚ ਦਿੱਲੀ ਸਰਕਾਰ ਵੱਲੋਂ ਜਿਹੜੀ ਸਬਸਿਡੀ ਦਿੱਤੀ ਜਾਂਦੀ ਹੈ, ਉਸ ਦਾ ਫਾਇਦਾ ਦਿੱਲੀ ਦੇ ਵਿੱਚ ਜਿੰਨੇ ਕੈਂਟ ਏਰੀਏ ਨੇ, ਜਿੰਨੇ ਫੌਜ ਯੂਨਿਟਾਂ ਦੇ ਨਾਲ ਸੰਬੰਧਿਤ ਏਰੀਏ ਨੇ, ਉੱਥੇ ਕਹਿੰਦੇ ਸਹੂਲਤ ਸਾਨੂੰ ਮਿਲਦੀ ਹੈ। ਸੋ ਇਸ ਲਈ ਸਰਵਿਸ ਪਰਸੋਨਲ ਦੇ ਹਵਾਲੇ ਨਾਲ ਸਾਨੂੰ ਇਹ ਯੋਜਨਾ ਦਾ ਲਾਭ ਪੰਜਾਬ 'ਚ ਵੀ ਦਿੱਤਾ ਜਾਵੇ। ਇਹਦੀ ਮੰਗ ਬਕਾਇਦਾ ਤੌਰ 'ਤੇ ਦੱਖਣੀ ਪੱਛਮੀ ਕਮਾਂਡ ਨੇ ਕੀਤੀ ਹੈ ਅਤੇ ਉਹਨਾਂ ਨੇ ਬਕਾਇਦਾ ਤੌਰ 'ਤੇ ਮੰਗ ਸਰਕਾਰ ਕੋਲ ਪਹੁੰਚਦੀ ਕਰ ਦਿੱਤੀ ਹੈ। ਜੇਕਰ ਹੁਣ ਇਸ ਪਹਿਲੂ ਨੂੰ ਸਮਝਣਾ ਹੋਵੇ ਕਿ ਇਹ ਪੰਜਾਬ ਸਰਕਾਰ ਦੇ ਲਈ ਬਿਜਲੀ ਸਬਸਿਡੀ
ਇੱਕ ਸਭ ਤੋਂ ਵੱਡੀ ਮੁਸੀਬਤ ਬਣਦੀ ਜਾ ਰਹੀ ਹੈ। ਇਹ ਬੜੇ ਦਮ ਜਿਵੇਂ ਮਾਰੇ ਜਾਂਦੇ ਸੀ, ਉਹ 1 ਨਵੰਬਰ ਵਾਲੀ ਉਹ ਜਿਹੜੀ ਮੁਕਾਬਲਾ ਚੰਦ ਡਿਬੇਟ ਵੀ ਕਰਾਈ ਸੀ ਲੁਧਿਆਣੇ, ਉਹ 'ਚ ਵੀ ਦਮ ਭਰਿਆ ਗਿਆ, ਜੀ ਦੱਸੋ ਜੀ ਪ੍ਰੋਫਿਟ 'ਚ ਹੈ ਜੀ। ਪਰ ਹਕੀਕਤ ਇਹ ਆ ਕਿ ਹਰ ਰੋਜ਼ 20 ਕਰੋੜ ਸਬਸਿਡੀ ਆ, ਹਰ ਰੋਜ਼ ਦੀ ਰੋਜ਼ਾਨਾ ਘਰੇਲੂ ਬਿਜਲੀ ਸਬਸਿਡੀ ਦਾ ਬਿੱਲ 20 ਕਰੋੜ ਬਣਦਾ ਔਸਤਨ। ਚਲੋ ਜੇ ਆਪਾਂ ਸਾਲ ਦਰ ਸਾਲ ਸਮਝਣਾ ਹੋਵੇ, ਲੰਘੇ ਸਾਲ 2023-24 ਦੇ ਵਿੱਚ 7376 ਕਰੋੜ, ਇਹ 2022-23 ਦੇ ਹਵਾਲੇ ਨਾਲ ਮੈਂ ਸਾਲਾਨਾ ਹਵਾਲੇ ਨਾਲ ਗੱਲ ਕਰ ਰਿਹਾ, 7376 ਕਰੋੜ। ਅਤੇ ਜੇ ਮੈਂ ਹੁਣ ਇਸ ਵਿੱਤੀ ਬਾਰੇ ਚਾਜਵਾਂ ਕਿ ਹਾਂ ਜੀ ਆਪਾਂ 24-25 ਦੇ ਹਵਾਲੇ ਨਾਲ ਜੇ ਸਮਝਣਾ ਹੋਵੇ, ਮਤਲਬ 23-24 ਦੇ ਹਵਾਲੇ ਨਾਲ 7376 ਕਰੋੜ ਹੈ, ਅਤੇ 24-25 ਦੇ ਹਵਾਲੇ ਨਾਲ, 24-25 ਦੇ ਹਵਾਲੇ ਨਾਲ ਇਹ ਬਿੱਲ ਲਗਭਗ 9000 ਕਰੋੜ ਨੂੰ ਜਾ ਢੁੱਕਣਾ। 8785 ਕਰੋੜ ਦਾ ਇਹ ਮੋਟਾ ਅੱਜ ਦੀ ਤਰੀਕ ਦੇ ਵਿੱਚ ਅੰਦਾਜ਼ਾ ਨਾ ਕਿ ਇੰਨਾ ਬਿੱਲ ਆਏਗਾ, ਇਹ 9000 ਕਰੋੜ ਨੂੰ ਜਾ ਢੁੱਕਣਾ। ਅਤੇ ਜੇ ਮੌਜੂਦਾ ਸਥਿਤੀ ਸਮਝਣੀ ਹੈ ਤਾਂ 20000 ਕਰੋੜ ਤੋਂ ਉੱਪਰ, ਮਤਲਬ ਆ ਲੰਘੀ, ਜੇ ਮੈਂ 15 ਨਵੰਬਰ ਤੱਕ ਦਾ ਹਵਾਲਾ ਦੇਵਾਂ ਤਾਂ 15 ਨਵੰਬਰ ਤੱਕ 20000 ਕਰੋੜ ਦਾ ਸਬਸਿਡੀ ਵਾਲੇ ਬਿੱਲ ਦੇ ਵਿੱਚੋਂ 11000 ਕਰੋੜ ਹੀ ਅਜੇ ਅਦਾ ਹੋਇਆ, 9000 ਕਰੋੜ ਖੜ੍ਹਾ ਹੈ, ਅਤੇ ਆ ਇਸ ਸਾਲ ਦਾ ਜਿਹੜਾ ਭਾਰ ਹੈ ਉਹ ਵੀ 9000 ਕਰੋੜ, ਅਤੇ ਹਰ ਰੋਜ਼ 20 ਕਰੋੜ ਵਿੱਚ ਸ਼ਾਮਿਲ ਹੋ ਰਿਹਾ। ਸੋ ਇਹ ਦੇਖ ਲਓ ਫਿਰ ਕਿੱਥੇ ਜਾਣੀ ਹੈ ਸਥਿਤੀ। ਅਤੇ ਇਹਦੇ ਵਿੱਚ ਅੱਜ ਦੀ ਤਰੀਕ 'ਚ ਮੰਨਿਆ ਇਹ ਜਾ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਇਹ ਫੌਜੀ ਛਾਉਣੀਆਂ ਨੇ, ਉਹਨਾਂ ਫੌਜੀ ਛਾਉਣੀਆਂ ਦੇ ਵਿੱਚ ਲਗਭਗ 1 ਲੱਖ ਫੌਜੀ ਜਵਾਨ ਤੈਨਾਤ ਨੇ। ਇੱਥੇ 1 ਲੱਖ ਫੌਜੀ ਜਵਾਨਾਂ ਦੇ ਵਿੱਚੋਂ 35% ਪਰਿਵਾਰਾਂ ਸਣੇ ਰਹਿੰਦੇ ਨੇ, ਮਤਲਬ 35000 ਘਰ ਤਾਂ ਸਿੱਧੇ ਹੋ ਗਏ ਸਮਝ ਲਓ ਫਿਰ। ਸੋ ਇਹ ਸਥਿਤੀ ਦੇ ਵਿੱਚ 35000 ਘਰ ਉਹ ਨੇ, ਅਤੇ ਬਾਕੀ ਫਿਰ ਅਧਿਕਾਰੀ ਅਮਲਾ ਫਾਲਾ ਜੇ ਉਹ ਸਾਰਾ ਕੁਛ ਮਿਲਾ ਕੇ ਇਹ ਕਹਿੰਦੇ ਜੀ 40-50000 ਤੱਕ ਦਾ ਗੇੜ ਬਣ ਸਕਦਾ ਕਿ ਇੰਨੇ ਪਰਿਵਾਰਾਂ ਨੂੰ ਹੋਰ ਸਬਸਿਡੀ ਵਾਲੀ ਬਿਜਲੀ ਦੇਣ ਵਾਲੀ ਸਥਿਤੀ ਦੇ ਵਿੱਚ ਕੀ ਪੰਜਾਬ ਸਰਕਾਰ ਹੈ, ਇਹ ਸਵਾਲ ਵੱਡਾ।